थैंक यू जीसस। ਤੁਹਾਡਾ ਸਭਨਾ ਦਾ ਸਵਾਗਤ ਕਰਦੇ ਹਾਂ ਜੀਵਿਤ ਪਰਮੇਸ਼ੁਰ ਦੀ ਜੀਵਿਤ ਪ੍ਰੈਜੈਂਸ ਦੇ ਵਿੱਚ, ਜਿੱਥੇ ਆ ਕੇ ਜ਼ਿੰਦਗੀਆਂ ਹਾਲਾਤ ਜਨਰੇਸ਼ਨ ਤੱਕ ਪਰਮੇਸ਼ੁਰ ਸੇਵ ਨਹੀਂ ਛੱਡਦੇ। ਜਿੰਨੇ ਜਨ ਅੱਜ ਦੀ ਇਸ ਮੋਰਨਿੰਗ ਪ੍ਰਾਰਥਨਾ ਨਾਲ ਜੁੜ ਚੁੱਕੇ ਆ, ਆਪਣੇ ਹੱਥਾਂ ਨੂੰ ਉਠਾਉਂਦਿਆਂ ਹੋਇਆਂ ਆਪਣੇ ਪਰਮੇਸ਼ੁਰ ਜੀਵਿਤ ਪਰਮੇਸ਼ੁਰ ਦੇ ਅੱਗੇ ਕਹਿੰਦਿਆਂ ਹੋਇਆਂ, ਪਰਮੇਸ਼ੁਰ ਮੈਂ ਤੇਰਾ ਧੰਨਵਾਦ ਕਰਦਾ ਵਾਂ। ਸਾਮਰਥੀ ਪਰਮੇਸ਼ੁਰ, ਮੈਂ ਧੰਨਵਾਦ ਔਰ ਸ਼ੁਕਰਗੁਜ਼ਾਰੀ ਦੇ ਨਾਲ ਤੇਰੀ ਜ਼ਿੰਦਾ ਪ੍ਰੈਜੈਂਸ ਦੇ ਵਿੱਚ ਆਉਂਦਾ ਪਰਮੇਸ਼ੁਰ, ਜੋ ਪੂਰੀ ਰਾਤ ਤੂੰ ਮੈਨੂੰ ਸੰਭਾਲਿਆ ਖੁਦਾਵਨ ਯਹੋਵਾ ਪਰਮੇਸ਼ੁਰ, ਅੱਜ ਦਾ ਦਿਨ ਦਿਖਾਇਆ ਪਰਮੇਸ਼ੁਰ, ਆਪਣੀ ਜ਼ਿੰਦਾ ਪ੍ਰੈਜੈਂਸ ਦੇ ਵਿੱਚ ਲੈ ਕੇ ਆਉਂਦਾ ਪਰਮੇਸ਼ੁਰ। ਖੁਦਾਵੰਦਾ ਏ ਤੇਰੀ ਦਇਆ ਤੇਰੀ ਕਰੁਣਾ ਵਾ ਪਰਮੇਸ਼ੁਰ, ਜੋ ਮੈਂ ਆਇਆ ਨਹੀਂ ਬਲਕਿ ਲਿਆਇਆ ਗਿਆ, ਨਾ ਤਾਂ ਬਲ ਨਾ ਤਾਂ ਸ਼ਕਤੀ ਨਾ ਪਰ ਤੇਰੀ ਆਤਮਾ ਦੇ ਦੁਆਰਾ। ਖੁਦਾਵਨ ਸਾਮਰਥੀ ਪਰਮੇਸ਼ੁਰ, ਮੈਂ ਤੇਰਾ ਧੰਨਵਾਦ ਕਰਦਾ ਵਾਂ। ਤੇਰੀ ਇੱਕ ਇੱਕ ਭਲਿਆਈ ਨੂੰ ਯਾਦ ਕਰਦਿਆਂ ਹੋਇਆਂ, ਤੇਰੀ ਇੱਕ ਇੱਕ ਦਇਆ ਨੂੰ ਯਾਦ ਕਰਦਿਆਂ ਹਾਂ ਪਿਤਾ, ਤੇਰੇ ਜ਼ਿੰਦਾ ਲਹੂ ਦੇ ਲਈ ਪਰਮੇਸ਼ੁਰ, ਤੇਰੇ ਕੋੜਿਆਂ ਦੇ ਲਈ, ਤੇਰੀ ਕਿੱਲਾਂ ਦੇ ਲਈ, ਤੇਰੇ ਬਦਨ ਦੇ ਲਈ, ਤੇਰੇ ਕਰੂਸ ਦੇ ਲਈ ਪਰਮੇਸ਼ੁਰ, ਮੈਂ ਤੇਰਾ ਧੰਨਵਾਦ ਕਰਦਾ ਖੁਦਾਵਨ। ਤੇਰੇ ਇਕਲੌਤੇ ਪੁੱਤਰ ਦੇ ਲਈ ਪਰਮੇਸ਼ੁਰ, ਜਿਹੜਾ ਤੂੰ ਮੇਰੇ ਲਈ ਸਰਫਾ ਨਾ ਕੀਤਾ ਖੁਦਾਵਨ ਯਹੋਵਾ ਪਰਮੇਸ਼ੁਰ, ਮੈਂ ਤੇਰਾ ਧੰਨਵਾਦ ਕਰਦਾ। ਥੈਂਕ ਯੂ ਜੀਸਸ। ਸਾਮਰਥੀ ਪਰਮੇਸ਼ੁਰ, ਤੇਰਾ ਧੰਨਵਾਦ ਹੋ, ਧੰਨਵਾਦ ਹੋ, ਧੰਨਵਾਦ ਹੋ ਪਰਮੇਸ਼ੁਰ। ਕਹਿੰਦੇ ਹਾਂ ਕਿ ਪਰਮੇਸ਼ੁਰ, ਉਸ ਜੀਵਿਤ ਆਤਮਾ ਦਾ ਖੁਦਾਵਨ, ਪਵਿੱਤਰ ਆਤਮਾ ਦਾ ਮੈਂ ਸਵਾਗਤ ਕਰਦਾ ਖੁਦਾਵਨ। ਉਹ ਆਤਮਾ ਜਿਸ ਨੇ ਮੇਰੇ ਪਿਤਾ ਪ੍ਰਭੂ ਯਿਸੂ ਮਸੀਹ ਨੂੰ ਮੁਰਦਿਆਂ ਵਿੱਚੋਂ ਜੀ ਉਠਾਇਆ, ਔਰ ਮੈਂ ਵਿਸ਼ਵਾਸ ਕਰਦਾ ਅੱਜ ਉਹੀ ਆਤਮਾ ਮੇਰੀ ਮੁਰਦਾ ਮੈਰਿਡ ਲਾਈਫ ਨੂੰ, ਮੇਰੇ ਮੁਰਦਾ ਗਰਵ ਨੂੰ, ਮੇਰੇ ਮੁਰਦਾ ਫਾਈਨੈਂਸ ਨੂੰ, ਮੇਰੇ ਮੁਰਦਾ ਪਰਮੇਸ਼ੁਰ ਘਰ ਪਰਿਵਾਰ ਨੂੰ, ਮੇਰੇ ਲੋਕਾਂ ਨੂੰ ਪਰਮੇਸ਼ੁਰ, ਮੇਰੇ ਰਿਲੇਸ਼ਨਸ਼ਿਪਸ ਨੂੰ ਜੋ ਮੁਰਦਾ ਹੋ ਚੁੱਕੇ ਪਰਮੇਸ਼ੁਰ, ਅੱਜ ਤੇਰਾ ਆਤਮਾ ਜੀ ਉਠਾਵੇਗਾ। ਮੈਂ ਵਿਸ਼ਵਾਸ ਕਰਦਾ ਪਰਮੇਸ਼ੁਰ, ਮੈਂ ਵਿਸ਼ਵਾਸ ਕਰਦੀ ਕਿਉਂਕਿ ਤੇਰੇ ਵਚਨ ਦੇ ਵਿੱਚ ਲਿਖਿਆ, ਤੇਰੇ ਅਭਿਸ਼ੇਕ ਦੇ ਕਾਰਨ ਸਾਰੇ ਝੂਲੇ ਬੰਧਨ ਸ਼ਾਪਕਰਸ ਨਾਸ਼ ਹੋ ਦਿੰਦੇ ਪਰਮੇਸ਼ੁਰ। ਤੂੰ ਜੈਨਰੇਸ਼ਨ ਤੱਕ ਖੁਦਾਵਨ ਛੂ ਕੇ ਬਲੈਸ ਕਰਨ ਵਾਲਾ ਪਰਮੇਸ਼ੁਰ ਆ, ਤੂੰ ਐਸਾ ਮਹਾਨ ਆ ਖੁਦਾਵਨ, ਤੂੰ ਐਸਾ ਸਾਮਰਥੀ ਤੇ ਐਸਾ ਪਵਿੱਤਰ ਪਰਮੇਸ਼ੁਰ ਆ। ਮੈਂ ਤੇਰੀ ਤਾਰੀਫ ਕਰਦਾ ਖੁਦਾਵਨ, ਮੈਂ ਤੇਰਾ ਧੰਨਵਾਦ ਕਰਦਾ ਪਰਮੇਸ਼ੁਰ, ਕਿਉਂਕਿ ਤੂੰ ਸਭ ਦੇਵੀ ਦਿਓਤਿਆਂ ਚੋਂ ਮਹਾਨ ਆ ਪਰਮੇਸ਼ੁਰ, ਤੂੰ ਪਵਿੱਤਰ ਪਰਮੇਸ਼ੁਰ ਆ, ਤੂੰ ਗੱਲਾਂ ਦਾ ਪਰਮੇਸ਼ੁਰ ਨਹੀਂ ਆ ਖੁਦਾਵਨ, ਕਿਉਂਕਿ ਤੇਰੇ ਵਚਨ ਦੇ ਵਿੱਚ ਲਿਖਿਆ ਤੇਰਾ ਰਾਜ ਗੱਲਾਂ 'ਚ ਨਹੀਂ ਬਲਕਿ ਸਾਮਰਥ ਦੇ ਵਿੱਚ ਆ ਲੋੜ। ਔਰ ਮੈਂ ਵਿਸ਼ਵਾਸ ਕਰਦਾ, ਵਿਸ਼ਵਾਸ ਕਰਦੀ ਅੱਜ ਤੇਰੀ ਉਹੀ ਸਾਮਰਥ ਖੁਦਾਵਨ ਮੈਨੂੰ ਛੂਏਗੀ ਪਿਤਾ, ਅੱਜ ਮੇਰੀਆਂ ਪ੍ਰਾਰਥਨਾ ਦੇ ਉੱਤਰ ਮੈਨੂੰ ਦੇਵੇਗੀ, ਮੈਨੂੰ ਪ੍ਰਭਾਵਸ਼ਾਲੀ ਬਣਾਵੇਗੀ ਲੋੜ ਖੁਦਾਵਨ, ਮੈਨੂੰ ਗ੍ਰੇਟਨੈਸ ਵਿੱਚ ਲੈ ਕੇ ਜਾਵੇਗੀ, ਮੈਨੂੰ ਇਫੈਕਟਿਵ ਕਰੇਗੀ, ਮੈਨੂੰ ਪ੍ਰਭਾਵਸ਼ਾਲੀ, ਮੈਨੂੰ ਅਨੋਇੰਟਿਡ ਬਣਾਵੇਗੀ ਪਰਮੇਸ਼ੁਰ, ਅੱਜ ਤੇਰੀ ਉਹੀ ਸਾਮਰਥ ਪਰਮੇਸ਼ੁਰ ਮੈਨੂੰ ਲੜਖੜਾਉਂਦੇ ਨੂੰ ਸੰਭਾਲੇਗੀ ਪਰਮੇਸ਼ੁਰ, ਅੱਜ ਤੇਰੀ ਉਹੀ ਜੀਵਿਤ ਸਾਮਰਥ, ਤੇਰਾ ਜੀਵਿਤ ਆਤਮਾ ਮੇਰੇ ਟੁੱਟੇ ਦਿਲ ਨੂੰ ਫਿਰ ਤੋਂ ਜੋੜੇਗਾ ਪਰਮੇਸ਼ੁਰ ਖੁਦਾਵਨ, ਮੇਰੀਆਂ ਟੁੱਟੀਆਂ ਚੀਜ਼ਾਂ ਨੂੰ ਜੋੜੇਗਾ, ਮੇਰੇ ਟੁੱਟੇ ਰਿਸ਼ਤਿਆਂ ਨੂੰ ਛੂਏਗਾ ਪਰਮੇਸ਼ੁਰ, ਤੇਰੀ ਸਾਮਰਥ, ਤੇਰਾ ਆਤਮਾ ਖੁਦਾਵਨ, ਮੈਂ ਵਿਸ਼ਵਾਸ ਕਰਦਾ ਪਰਮੇਸ਼ੁਰ, ਅੱਜ ਤੇਰੀ ਸਾਮਰਥ ਖੁਦਾਵਨ ਖੁਦਾ ਮੈਨੂੰ ਨਵਾਂ ਤੇ ਨਰੋਇਆ ਕਰੇਗੀ ਪਰਮੇਸ਼ੁਰ, ਕਹੋ ਕਿ ਖੁਦਾਵਨ ਮੈਨੂੰ ਔਰ ਕੁਛ ਨਹੀਂ ਚਾਹੀਦਾ ਪਰਮੇਸ਼ੁਰ, ਮੈਨੂੰ ਤੇਰੀ ਪ੍ਰੈਜੈਂਸ ਚਾਹੀਦੀ, ਤੇਰਾ ਆਤਮਾ ਚਾਹੀਦਾ ਖੁਦਾਵਨ, ਮੇਰੇ ਜੀਵਨ 'ਚ ਪਹਿਲਾ ਸਥਾਨ ਤੇਰਾ ਹੋਵੇ ਪਿਤਾ, ਮੈਂ ਆਪਣੇ ਦਿਨ ਦਾ ਪਹਿਲਾ ਫਲ ਤੈਨੂੰ ਦੇਵਾਂ ਪਰਮੇਸ਼ੁਰ, ਮੈਨੂੰ ਇਹ ਗ੍ਰੇਸ ਦੇ ਪਰਮੇਸ਼ੁਰ, ਮੇਰੇ ਘਰਾਨੇ ਨੂੰ, ਮੇਰੇ ਬੱਚਿਆਂ ਨੂੰ ਇਹ ਗ੍ਰੇਸ ਦੇ ਪਰਮੇਸ਼ੁਰ, ਕਿ ਖੁਦਾਵਨ ਯਹੋਵਾ ਪਰਮੇਸ਼ੁਰ ਅਸੀਂ ਇਹ ਅੰਤ ਦੇ ਦਿਨਾਂ 'ਚ ਤੇਰੇ ਨਾਲ ਜੁੜੇ ਰਹੀਏ ਪਰਮੇਸ਼ੁਰ, ਡੈਵਲ ਦੀ ਹਰ ਯੋਜਨਾ ਸਾਡੀ ਲਾਈਫ 'ਚੋਂ, ਸਾਡੇ ਘਰਾਨੇ, ਸਾਡੇ ਬੱਚਿਆਂ 'ਚੋਂ ਕੈਂਸਲ ਹੋਵੇ ਪਰਮੇਸ਼ੁਰ। ਕਹਿੰਦੇ ਹਾਂ ਕਿ ਪਰਮੇਸ਼ੁਰ ਤੂੰ ਆਪਣੇ ਵਚਨ ਦੇ ਵਿੱਚ ਲਿਖਿਆ ਕਿ ਮੈਂ ਅੰਤ ਦੇ ਦਿਨਾਂ ਦੇ ਵਿੱਚ ਹਰ ਇੱਕ ਬਸ਼ਰ ਦੇ ਉੱਤੇ ਮੈਂ ਆਪਣੇ ਆਤਮਾ ਨੂੰ ਬਹਾਵਾਂਗਾ ਪਰਮੇਸ਼ੁਰ, ਤੂੰ ਕਿਹਾ ਤੇਰੇ ਬੱਚੇ ਦਰਸ਼ਨ ਦੇਖਣਗੇ, ਤੇਰੇ ਬਜ਼ੁਰਗ ਸੁਪਨ ਦੇਖਣਗੇ ਖੁਦਾਵੰਤ, ਤੂੰ ਆਪਣੇ ਵਚਨ ਦੇ ਵਿੱਚ ਲਿਖਿਆ ਮੈਂ ਆਪਣੇ ਆਤਮਾ ਨੂੰ ਆਪਣੇ ਦਾਸ ਦਾਸੀ ਦੇ ਉੱਤੇ ਉਂਢੇਰ ਦੇਵਾਂਗਾ ਪਰਮੇਸ਼ੁਰ ਖੁਦਾਵੰਤ, ਅੱਜ ਉਹੀ ਆਤਮਾ ਮੇਰੇ 'ਤੇ ਉਤਰੇ ਪਰਮੇਸ਼ੁਰ, ਤੇਰੇ ਜ਼ੋਰ ਦਾ ਆਤਮਾ, ਸਾਮਰਥੀ ਆਤਮਾ, ਪਵਿੱਤਰ ਆਤਮਾ ਪਰਮੇਸ਼ੁਰ ਖੁਦਾਵੰਤ ਯਹੋਵਾ, ਅੱਜ ਉਹੀ ਆਤਮਾ ਮੇਰੇ 'ਤੇ ਉਤਰੇ, ਮੈਨੂੰ ਛੂਏ, ਮੇਰੀ ਲਾਈਫ ਨੂੰ ਚੇਂਜ ਕਰੇ, ਮੇਰੀਆਂ ਸੋਚਾਂ ਨੂੰ ਚੇਂਜ ਕਰੇ, ਮੇਰੇ ਹਾਲਾਤਾਂ ਨੂੰ ਚੇਂਜ ਕਰੇ। ਕਹਿੰਦੇ ਹਾਂ ਪਵਿੱਤਰ ਆਤਮਾ, ਅਸੀਂ ਤੇਰਾ ਸਵਾਗਤ ਕਰਦੇ ਹਾਂ ਲੋੜ, ਪਵਿੱਤਰ ਆਤਮਾ ਸੀ ਤੇਰੇ ਤੋਂ ਬਿਨਾਂ ਕੁਛ ਨਹੀਂ ਆ, ਹੌਲੀ ਸਪਿਰਟ ਅੱਜ ਤੇਰੀ ਸਾਮਰਥ ਨੂੰ ਮੈਂ ਗ੍ਰਹਿਣ ਕਰਾਂ ਪਰਮੇਸ਼ੁਰ,
तेरा टच मेरे उत्ते आवे परमेश्वर, तेरा ग्रेस मेनू छूए परमेश्वर। राइट नाउ पवित्र आत्मा मेनू टच कर, मेनू छू परमेश्वर। अज मैं तेरी आत्मा तेरी सामर्थ्य नाल भरना चाहना परमेश्वर। वो पवित्र आत्मा की सुपर नैचुरल अनॉइंटिंग दा अज मैं परमेश्वर स्पर्श लै सकां परमेश्वर, तेरे ग्रेस नू मैं लै सकां परमेश्वर। तू क्या ये थके हुए बोझ हेठ दबे हो मेरे कोल आओ तो मैं तेनों आराम देंगा परमेश्वर। अज खुदावन यहोवा मेरा झूला जो भारी मैं तेनों दिना परमेश्वर, और खुदावन वो झूला जो तेरा मुलायम है परमेश्वर, खुदावन खुदा वो जो हल्का परमेश्वर मैं अपने जीवन के उत्ते ग्रहण करदा परमेश्वर। ऐ खुदावन खुदा तू क्या संकट के समय मैं पुकार तो मैं तेनों उत्तर देंगा, मैं तेते वड्डियां ते कठिन गल्लां नू जाहिर करांगा परमेश्वर। तू क्या खुदावन खुदा यहोवा परमेश्वर जो मेरे वाल अपनी अखां नू चुक दे कभी बेइज्जत ते शर्मिंदा नहीं हुंदे, जो मेरे अगे दुहाई दिंदे मैं उन्हां दी दुहाई नू सुन के उन्हां नू उत्तर दिना परमेश्वर। खुदावन खुदा तू क्या सामर्थी परमेश्वर, मैं तेरा अच्छा चरवाहा जो मैं तेनू कभी किसी चीज़ की कमी ते कटी नहीं आन देवांगा परमेश्वर। ऐ खुदावन मैं अपने जी नू तेरी वल चक दवा परमेश्वर, क्योंकि मेरा भरोसा तेरे उत्ते आ परमेश्वर। तू मैनू शर्मिंदा ना होन देवेंगा परमेश्वर, ना मेरे वैरियां नू मेरे उत्ते बंगला वजाउन देवेंगा परमेश्वर। खुदावन तेरे वचन दे विच लिखिया जिन्ने तेनू तकदे आ खुदावन ओह शर्मिंदा ना होणगे, शर्मिंदा ओह होणगे जो मल्लो मली धोखा दिंदे हन। तेरे वचन दे विच लिखिया परमेश्वर खुदावन अज मेरे जो सारे कप दूर कर दे, मेरिया सारिया बुराइयां दूर कर दे परमेश्वर। अज मेरे घराने नू छू खुदावन, अज मैं अपने घराने दे लिए, अपने बच्चों दे लिए, अपने परिवार दे लिए, अपने खुदावन खुदा मेरे नाल जुड़ी एक एक चीज दे लिए तेरी दया नू मंगदा वा परमेश्वर। तेरे जीवित तेरे सामर्थी हाथ नू मंगदा, छू और मैनू छुड़ा परमेश्वर। मैनू संसारिक सारे चक्करां चो बाहर कढ पवित्र आत्मा, और खुदावन मैनू अपनी वल खिंच लै परमेश्वर, ताकि मैं तेरे मार्गां ते दौड़ां परमेश्वर, और तेरा कोई गुनाह कोई पाप ना करा खुदावन खुदा। ऐसी दया ऐसी करुणा मेरे उत्ते कर परमेश्वर। अज तू मेरे पापां दे कारण नहीं बल्कि अपने धर्मी होने दे कारण, अपने वड्डे होने दे कारण परमेश्वर तू मैनू याद कर खुदावन। अज तू खुदावन यहोवा परमेश्वर मेरी अगवाही कर पिता, मेरे अगे होके चल परमेश्वर, मेरे सारे मार्गां नू सीधा कर परमेश्वर। मैनू और कुछ नहीं चाहिदा पिता, क्योंकि तेरा फजल ही मेरे लिए बथेरा। तो अज ओही फजल नू मैं तेरे कोलों मंगदा वां परमेश्वर, अपने घराने दे लई, अपनी लाइफ दे लई पिता, मेरे नाल जुड़ी एक एक चीज़ दे लई परमेश्वर। सो कहिंदिया परमेश्वर मैं तेरा धन्यवाद करदा और मैं विश्वास करदा खुदावन तू मैनू छुड़ा चुकिया, तू मैनू चंगा कर चुकिया परमेश्वर। तेरा उधार मेरे ते मेरे घराने ते आ चुकिया परमेश्वर। ऐ खुदावन तू मैनू संसारिक सारे चक्करां चो बाहर कढ चुकिया परमेश्वर, तेरा आत्मा मेरे उत्ते आ परमेश्वर। मैं विश्वास करदा तू अपनी आत्मा नू मेरे लिए भेज चुकिया परमेश्वर। खुदावन मैं परमेश्वर वही तेरी आत्मा की सामर्थ दे नाल परदा ते परदा चलिया जावांगा लॉर्ड। रे बोरो शेके थे ने ले रे बेरे, शेके थे ने ले रे बेरे, शेके थे ने ले रे बेरे। गैर जुबान च प्रार्थना करदे हां, कहंदे हां कि परमेश्वर मैं विश्वास करदा शैतान शर्मिंदा वा खुदावन, तोनू खुदावन मेरी लाइफ चो शर्मिंदा कर चुकिया खुदावन। कहो कि है डेवल तू मेरी लाइफ चो शर्मिंदा, मेरे घराने चो, मेरे फाइनेंस चो, मेरे बच्चों चो, मेरे नाल जुड़ी एक एक चीज तो तू शर्मिंदा वा यीशु मसीह दे नाम चो। मैं तेनों शर्मिंदा करदा और तेरी हर एक प्लैनिंग नू मैं स्टॉप करदा प्रभु यीशु मसीह दे जीवित नाम विच। रेखे थे ने ले रे बोरो, शेके थे ने ले रे बोरो, शेके थे ने ले रे बेरे, शेके थे ने ले रे बेरे। सो अपने होठां नू खोलदे हां, तैयार करो अपने आप नू अज दे परमेश्वर दी रोज़ दी रोटी दे लई, अज दे जीवित वचन दे लई। कहंदे हां कि परमेश्वर मैनू एक ग्रेस दे खुदावन, अज दा जद तेरी दया दे द्वारा मैं तेरे वचन नू पढ़ सकां पिता। खुदावन मैनू ग्रेस दे मैं उस ते चलण वाला हो सकां और बहुतियां नू चलाउण वाला हो सकां। खुदावन अज दे वचन दे द्वारा मैं 100 गुणा फल लैके आवां पिता। जिन्नियां दुष्ट आत्मा जिन्नियां चीज़ां मेरे फल नू चुराना चाहुंदियां, जिन्ने कारण आ मेरे वचन दे फल नू चुराना चाहुंदियां लॉर्ड, अज मैं उन्हां ते पवित्र आत्मा दी अग दिना ते हौली गोस दी फायर उतरे पिता, और मैनू ग्रेस दे कि मैं तेरे वचन नू औरों तक पहुँचा सकां परमेश्वर। मैं एक बहुतियां दे लई बरकत दा कारण बन सकां प्रभु यीशु मसीह दे जीवित ते पवित्र नाम च। सब बोलो आमीन। धरती ते उस दी भरपूरी यहोवा दी है, जगत अते उस दे निवासी। उसने उस दी नींह समंदरां उत्ते रखी अते उस नूं वगदे पाणियां उत्ते कायम कीता। यहोवा दे पहाड़ उत्ते कौन चढ़ेगा अते उस दे पवित्र स्थान विच कौन खड़ा होवेगा। ओ जिस दे हाथ पाक अते मन पवित्र है अते जिसने अपना जी फरेब वल नहीं लाया अते छलण लई सौं नहीं खादी, उस नूं यहोवा वल्लों बरकत
ਅਤੇ ਆਪਣੇ ਮੁਕਤੀਦਾਤੇ ਪਰਮੇਸ਼ਵਰ ਕੋਲੋਂ ਧਰਮ ਮਿਲੇਗਾ। ਪੀੜੀ ਉਹਦੇ ਤਾਲੀਬਾਂ ਦੀ ਹੈ ਜਿਹੜੀ ਤੇਰੇ ਦਰਸ਼ਨ ਪਾਲਦੀ ਹੈ। ਹੇ ਯਾਕੂਬ, ਹੇ ਫਾਟਕੋ, ਆਪਣੇ ਸਿਰ ਉੱਚੇ ਕਰੋ। ਹੇ ਆਦਿ ਦਰਵਾਜੋ, ਉੱਚੇ ਹੋ ਜਾਓ ਤਾਂ ਜਲਾਲ ਦਾ ਪਾਤਸ਼ਾਹ ਅੰਦਰ ਆਵੇਗਾ। ਇਹ ਜਲਾਲ ਦਾ ਪਾਤਸ਼ਾਹ ਕੌਣ ਹੈ? ਯਹੋਵਾ ਸਾਮਰਥੀ ਅਰ ਬਲੀ, ਯਹੋਵਾ ਜੋ ਯੁੱਧ ਵਿੱਚ ਬਲੀ ਹੈ। ਹੇ ਫਾਟਕੋ, ਆਪਣੇ ਸਿਰ ਉੱਚੇ ਕਰੋ। ਹੇ ਆਦਿ ਦਰਵਾਜੋ, ਉੱਚੇ ਹੋ ਜਾਓ ਤਾਂ ਜਲਾਲ ਦਾ ਪਾਤਸ਼ਾਹ ਅੰਦਰ ਆਵੇਗਾ। ਇਹ ਜਲਾਲ ਦਾ ਪਾਤਸ਼ਾਹ ਕੌਣ ਹੈ? ਸੈਨਾ ਦਾ ਯਹੋਵਾ, ਉਹ ਜਲਾਲ ਦਾ ਪਾਤਸ਼ਾਹ ਹੈ। ਸਭ ਬੋਲੋ ਆਮੀਨ, ਆਮੀਨ। ਥੈਂਕ ਯੂ ਜੀਜ਼ਸ, ਥੈਂਕ ਯੂ ਜੀਜ਼ਸ। ਸਭ ਜਣ ਆਪਣੇ ਹੱਥਾਂ ਨੂੰ ਉਠਾਉਂਦਿਆਂ ਹੋਇਆਂ ਪਰਮੇਸ਼ੁਰ ਆਪਣੇ ਮੂੰਹਾਂ ਨੂੰ ਖੋਲਦਿਆਂ, ਆਪਣੀਆਂ ਜ਼ੁਬਾਨਾਂ ਨੂੰ ਖੋਲਦਿਆਂ ਅੱਜ ਦੇ ਵਚਨ ਦੇ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਿਆਂ ਹੋਇਆਂ ਕਹਿੰਦੇ ਹਾਂ ਕਿ ਪਰਮੇਸ਼ੁਰ, ਮੈਂ ਤੇਰਾ ਧੰਨਵਾਦ ਕਰਦਾ। ਥੈਂਕ ਯੂ ਜੀਜ਼ਸ, ਥੈਂਕ ਯੂ ਜੀਜ਼ਸ, ਥੈਂਕ ਯੂ ਜੀਜ਼ਸ। ਖੁਦਾਵੰਦ, ਸੱਚਮੁੱਚ ਧਰਤੀ ਅਤੇ ਆਕਾਸ਼ ਤੂੰ ਰਚੇ ਆ ਪਰਮੇਸ਼ੁਰ। ਖੁਦਾਵੰਦ ਖੁਦਾ, ਉਹ ਯਹੋਵਾ ਪਰਮੇਸ਼ੁਰ, ਅਸੀਂ ਤੇਰੀ ਮਹਿਮਾ, ਤੇਰੀ ਸਤੁਤੀ ਕਰਦੇ, ਤੇਰੇ ਅਚਰਜ, ਤੇਰੇ ਵੱਡੇ ਕੰਮਾਂ ਦੇ ਲਈ ਪਰਮੇਸ਼ੁਰ। ਸੱਚਮੁੱਚ ਖੁਦਾਵੰਦ, ਹੇ ਯਹੋਵਾ, ਜਿਸ ਤਰ੍ਹਾਂ ਤੂੰ ਆਪਣੇ ਵਚਨ ਦੇ ਵਿੱਚ ਲਿਖਿਆ ਕਿ ਖੁਦਾਵੰਦ, ਯਹੋਵਾ ਦੇ ਪਹਾੜ ਉੱਤੇ ਕੌਣ ਚੜ੍ਹੇਗਾ ਅਤੇ ਉਹਦੇ ਪਵਿੱਤਰ ਸਥਾਨ ਵਿੱਚ ਕੌਣ ਖੜ੍ਹਾ ਹੋਵੇਗਾ? ਪਰਮੇਸ਼ੁਰ, ਤੂੰ ਕਿਹਾ ਉਹੀ ਜਿਹਦੇ ਹੱਥ ਪਾਕ ਅਤੇ ਮਨ ਪਵਿੱਤਰ ਹੈ। ਖੁਦਾਵੰਦ ਖੁਦਾ, ਜਿਹਦੇ ਮਨ, ਜਿਹਦਾ ਜੀ ਪਰ ਫਰੇਬ ਵੱਲ ਨਹੀਂ ਲਾਇਆ ਹੋਇਆ ਪਰਮੇਸ਼ੁਰ, ਖੁਦਾਵੰਦ ਸਾਨੂੰ ਇਹ ਗ੍ਰੇਸ ਦੇ ਕਹਿੰਦੇ ਹਾਂ ਖੁਦਾਵੰਦ, ਕਿ ਮੇਰੇ ਉੱਤੇ ਦਇਆ ਕਰ ਪਰਮੇਸ਼ੁਰ, ਤਾਂ ਕਿ ਮੇਰੇ ਹੱਥ ਪਾਕ ਅਤੇ ਮੇਰਾ ਮਨ ਪਵਿੱਤਰ ਹੋਵੇ ਪਿਤਾ, ਔਰ ਮੇਰੇ ਮਨ ਦੀਆਂ ਗੱਲਾਂ ਪਵਿੱਤਰ ਹੋਣ, ਮੈਨੂੰ ਸਾਰੇ ਛਲ 'ਚੋਂ ਬਾਹਰ ਕੱਢ ਪਵਿੱਤਰ ਆਤਮਾ। ਖੁਦਾਵੰਦ, ਮੇਰੇ ਸਾਰੇ ਪਾਪ, ਮੇਰੇ ਗੁਨਾਹ ਤੋਂ ਮੈਨੂੰ ਛੁਡਾ ਲਿਆ ਪਰਮੇਸ਼ੁਰ, ਤਾਂ ਕਿ ਮੈਂ ਤੇਰੇ ਅੱਗੇ ਆ ਸਕਾਂ ਪਰਮੇਸ਼ੁਰ, ਮੈਂ ਤੇਰਾ ਧੰਨਵਾਦ ਕਰ ਸਕਾਂ ਸਭ ਸ਼ਕਤੀਮਾਨ ਪਰਮੇਸ਼ੁਰ, ਤਾਂ ਕਿ ਮੈਂ ਤੇਰੇ ਨਾਮ ਨੂੰ ਉੱਚਾ ਕਰ ਸਕਾਂ ਪਰਮੇਸ਼ੁਰ, ਤੇਰੀ ਸ਼ਾਂਤੀ, ਤੇਰਾ ਆਨੰਦ ਮੈਨੂੰ ਘੇਰ ਲਵੇ ਪਰਮੇਸ਼ੁਰ, ਤੇਰੀ ਸਾਮਰਥ ਖੁਦਾਵੰਦ ਅੱਜ ਮੈਨੂੰ ਛੁਡਾਵੇ ਮੇਰੇ ਸਾਰੇ ਪਾਪਾਂ ਤੋਂ, ਮੇਰੇ ਸਾਰੇ ਗੁਨਾਹ ਤੋਂ ਪਰਮੇਸ਼ੁਰ। ਸੋ ਆਪਣੇ ਆਪ ਨੂੰ ਤਿਆਰ ਕਰਦਿਆਂ ਹੋਇਆਂ ਫਾਇਰ ਪ੍ਰਾਰਥਨਾ ਦੇ ਲਈ ਕਹਿੰਦਾ ਕਿ ਪਵਿੱਤਰ ਆਤਮਾ, ਤੇਰੀ ਸਾਮਰਥ ਮੇਰੇ 'ਤੇ ਉਤਰੇ, ਤੇਰਾ ਮੱਸਾ ਮੇਰੇ 'ਤੇ ਉਤਰੇ, ਤੇਰਾ ਗ੍ਰੇਸ ਮੇਰੇ ਉੱਤੇ ਆਵੇ, ਤੇਰੇ ਹੋਲੀਵੁੱਡ ਦੀ ਫਾਇਰ ਖੁਦਾਵੰਦ ਅੱਜ ਮੈਨੂੰ ਟੱਚ ਕਰੇ ਪਿਤਾ। ਸਾਰੀਆਂ ਦੁਸ਼ਟ ਆਤਮਾ ਮੇਰੀ ਲਾਈਫ 'ਚੋਂ, ਮੇਰੇ ਘਰਾਣੇ 'ਚੋਂ, ਮੇਰੇ ਬੱਚਿਆਂ 'ਚੋਂ, ਮੇਰੀ ਮੈਰਿਡ ਲਾਈਫ 'ਚੋਂ, ਮੇਰੇ ਘਰ ਪਰਿਵਾਰ 'ਚੋਂ, ਮੇਰੀ ਆਪਣੀ ਲਾਈਫ 'ਚੋਂ, ਮੇਰੇ ਸੁਪਨਿਆਂ 'ਚੋਂ ਪਰਮੇਸ਼ੁਰ ਖੁਦਾਵੰਦ, ਮੇਰੇ ਫਾਈਨੈਂਸ 'ਚੋਂ, ਮੇਰੀ ਇੱਕ ਇੱਕ ਚੀਜ਼ ਤੋਂ, ਮੇਰੀ ਲਾਈਫ ਦੇ ਹਰ ਇੱਕ ਹਿੱਸੇ 'ਚੋਂ ਪਰਮੇਸ਼ੁਰ, ਮੇਰੇ ਨੇਚਰ 'ਚੋਂ ਆਊਟ ਹੋਵੇ, ਜਿੱਦਾਂ ਹੀ ਅੱਜ ਤੇਰੇ ਹੋਲੀ ਗੋਸ ਦੀ ਫਾਇਰ ਮੇਰੇ 'ਤੇ ਉਤਰੇ ਪਿਤਾ, ਅੱਜ ਤੇਰੀ ਫਾਇਰ ਦੇ ਦੁਆਰਾ ਮੈਂ ਛੁਡਾਇਆ ਜਾਵਾਂ ਪਰਮੇਸ਼ੁਰ, ਮੈਂ ਚੰਗਾ ਕੀਤਾ ਜਾਵਾਂ ਪਰਮੇਸ਼ੁਰ, ਮੈਂ ਵਿਸ਼ਵਾਸ ਦੇ ਨਾਲ ਤੇਰੀ ਜ਼ਿੰਦਾ ਪ੍ਰੈਜੈਂਸ ਦੇ ਵਿੱਚ ਬੈਠਾਂ ਪਰਮੇਸ਼ੁਰ, ਕਿਉਂਕਿ ਖੁਦਾਵੰਦ, ਤੂੰ ਛੁਡਾਉਣ ਵਾਲਾ, ਤੂੰ ਚੰਗਾ ਕਰਨ ਵਾਲਾ ਪਰਮੇਸ਼ੁਰ ਆ, ਤੂੰ ਅਦਭੁਤ ਅਤੇ ਮਹਾਨ ਕਾਰਜ ਕਰਨ ਵਾਲਾ ਪਰਮੇਸ਼ੁਰ ਆ। ਰੇ ਬੋਰੋ ਸ਼ੇਕੇ ਤਿੰਨੇ ਲੇ ਰੇ ਬੇਰੇ ਸ਼ੇਕੇ ਤਿੰਨੇ ਲੇ ਰੇ ਬੋਰੋ ਸ਼ੇਕੇ ਤਿੰਨੇ ਲੇ ਰੇ ਬੇਰੇ ਸ਼ੇਕੇ ਤਿੰਨੇ ਲੇ ਰੇ ਬੇਰੇ ਰੇਖੇ ਤਿੰਨੇ ਲੇ ਰੇ ਬੋਰੋ ਸ਼ੇਕੇ ਤਿੰਨੇ ਲੇ ਰੇ ਬੇਰੇ। ਕਹਿੰਦੇ ਹਾਂ ਕਿ ਸਾਮਰਥੀ ਪਰਮੇਸ਼ੁਰ, ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਪ੍ਰਭੂ ਯਿਸੂ ਮਸੀਹ ਦੇ ਜੀਵਿਤ ਨਾਮ ਵਿੱਚ ਖੁਦਾਵੰਦ, ਜਿੰਨੀਆਂ ਦੁਸ਼ਟ ਆਤਮਾ ਮੇਰੇ ਮਨ ਨੂੰ, ਮੇਰੇ ਖੁਦਾਵੰਦਾ, ਮੇਰੀਆਂ ਸੋਚਾਂ ਨੂੰ, ਮੇਰੇ ਨੇਚਰ ਨੂੰ ਪਰਮੇਸ਼ੁਰ, ਮੇਰੇ ਮੇਰੇ ਬੱਚਿਆਂ ਦੇ, ਮੇਰੇ ਘਰਾਨੇ, ਮੇਰੇ ਹਸਬੈਂਡ ਦੇ ਨੇਚਰ ਨੂੰ ਪਾਪ ਦੀ ਵੱਲ ਮੋੜਦੀਆਂ ਪਰਮੇਸ਼ੁਰ, ਜਿਹਨਾਂ ਤੋਂ ਤੂੰ ਕਿਣ ਕਰਦਾ ਖੁਦਾਵੰਦ, ਮੈਂ ਉਹਨਾਂ ਚੀਜ਼ਾਂ ਤੋਂ ਕਿਣ ਕਰ ਪਾਵਾਂ ਪਿਤਾ, ਔਰ ਉਹਨਾਂ ਸਾਰੀਆਂ ਚੀਜ਼ਾਂ ਤੋਂ ਪਰਮੇਸ਼ੁਰ, ਉਹ ਸਾਰੇ ਪਾਪ ਤੋਂ ਮੈਨੂੰ ਦੂਰ ਕਰ, ਮੇਰੇ ਘਰਾਨੇ, ਮੇਰੇ ਬੱਚਿਆਂ ਨੂੰ ਪਰਮੇਸ਼ੁਰ, ਜੋ ਖੁਦਾਵੰਦ ਮੈਨੂੰ ਤੇਰੇ ਪਵਿੱਤਰ ਹੈਕਲ ਵਿੱਚ ਆਉਣ ਤੋਂ ਰੋਕਦੀਆਂ, ਤੇਰੇ ਨਾਲ ਜੁੜਨ ਤੋਂ ਰੋਕਦੀਆਂ, ਤੇਰੀ ਸਾਮਰਥ ਨੂੰ ਗ੍ਰਹਿਣ ਕਰਨ ਤੋਂ ਰੋਕਦੀਆਂ, ਸਭ ਪਾਪ ਦੀਆਂ ਤਾਕਤਾਂ ਦੇ ਉੱਤੇ ਮੈਂ ਪਵਿੱਤਰ ਆਤਮਾ ਦੀ ਅੱਗ ਨੂੰ ਰਿਲੀਜ਼ ਕਰਦਾ, ਉਹਨਾਂ 'ਤੇ ਹੋਲੀ ਗੋਸਟ ਦੀ ਫਾਇਰ ਉੱਤਰੇ, ਫਾਇਰ ਉੱਤਰੇ, ਫਾਇਰ ਉੱਤਰੇ, ਫਾਇਰ ਉੱਤਰੇ, ਫਾਇਰ ਉੱਤਰੇ, ਫਾਇਰ ਉੱਤਰੇ, ਫਾਇਰ ਉੱਤਰੇ। ਇਹ ਦੁਸ਼ਟ ਆਤਮਾ ਇੱਕ ਇੱਕ ਜਨ ਦੀ ਲਾਈਫ 'ਚੋਂ ਮੈਂ ਤੈਨੂੰ ਕਮਾਂਡ ਕਰਦੀ, ਆਊਟ, 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 ਆਊਟ। ਜਿੰਨੇ ਤੇਰੇ ਦੂਤ ਸ਼ੈਤਾਨੀ ਪਾਪ ਦੇ ਰੂਪ 'ਚ ਇਹਨਾਂ ਦੀਆਂ ਜ਼ਿੰਦਗੀਆਂ 'ਚ ਐਂਟਰ ਹੋਇਆ, ਅੱਜ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਦੀ ਅੱਗ ਉੱਤਰੇ, 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 ਪ੍ਰਭੂ ਯਿਸੂ ਮਸੀਹ ਦੇ ਨਾਮ ਦੇ 'ਚ। ਔਰ ਖੁਦਾਵੰਦ, ਮੈਂ ਪ੍ਰਾਰਥਨਾ ਕਰਦੀ, ਜਿੰਨੀਆਂ ਦੁਸ਼ਟ ਆਤਮਾ ਨੇ ਇਹਨਾਂ ਦੇ ਘਰਾਂ ਪਰਿਵਾਰਾਂ ਨੂੰ ਡਿਸਟਰੋਏ ਕੀਤਾ, ਇਹਨਾਂ ਦੇ ਰਿਲੇਸ਼ਨਸ਼ਿਪਸ ਨੂੰ ਤੋੜਿਆ, ਪਵਿੱਤਰ ਆਤਮਾ ਅੱਜ ਤੇਰੀ ਫਾਇਰ ਦੇ ਦੁਆਰਾ ਖੁਦਾਵੰਦ, ਉਹ ਸਾਰੀਆਂ ਡੈਵਲ ਦੀਆਂ ਯੋਜਨਾ ਦੇ ਘਰਾਨਿਆਂ 'ਚੋਂ ਤੋੜਨ ਵਾਲੀਆਂ ਗੰਦੀਆਂ ਆਤਮਾਵਾਂ, ਇਹਨਾਂ ਦੇ ਪਰਿਵਾਰਾਂ ਨੂੰ ਖਾਣ ਵਾਲੀਆਂ, ਡਿਸਟਰੋਏ ਕਰਨ ਵਾਲੀਆਂ ਗੰਦੀਆਂ ਆਤਮਾ ਦੇ ਉੱਤੇ ਮੇਰੇ ਨਾਲ ਇੱਕ ਮਨ ਹੋ ਕੇ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਦੀ ਅੱਗ ਨੂੰ ਰਿਲੀਜ਼ ਕਰੋ। ਕਹੋ ਕਿ ਇਹ ਸ਼ੈਤਾਨ, ਮੈਂ ਤੇ 'ਤੇ ਅੱਗ ਦਿੰਦਾ, ਤੂੰ ਜਿੰਨੇ ਰਿਸ਼ਤੇ ਮੇਰੇ ਜੋੜੇ ਤੋੜੇ ਆ, ਅੱਜ ਮੈਂ ਯਿਸੂ ਮਸੀਹ ਦੇ ਨਾਮ ਦੇ 'ਚ ਤੇਰੇ 'ਤੇ ਫਾਇਰ ਦਿੰਦਾ ਵਾਂ। ਜਿੰਨੇ ਕਲੇਸ਼ ਦੀਆਂ ਆਤਮਾਵਾਂ ਤੂੰ ਮੇਰੀ ਮੇਰੀ ਫੈਮਿਲੀ 'ਚ, ਮੇਰੇ ਪਰਿਵਾਰ 'ਚ ਕੱਲੀਆਂ, ਮੇਰੀ ਲਾਈਫ 'ਚ ਕੱਲੀਆਂ, ਅੱਜ ਉਹਨਾਂ ਦੇ ਉੱਤੇ ਪਵਿੱਤਰ ਆਤਮਾ ਦੀ ਅੱਗ ਉੱਤਰੇ, ਅੱਗ ਉੱਤਰੇ, ਅੱਗ
गुत्रे आग गुत्रे आग गुत्रे आग गुत्रे हर उस शैतानी दूत जो तू मेरी लाइफ दे रिलीज कीते मेरे घर परिवार नु तोड़न दे लई कलेश दिया आत्मा लड़ाइयां झगड़ियां दिया आत्मा देते होली गोस्ट दी फायर उतरे फायर उतरे फायर उतरे फायर उतरे फायर उतरे आज मेरा यीशु मसीह मेरी हर एक कटी नु पूरा करेगा। ओ मेरे परमेश्वर दी सामर्थ आज मेरे परिवार नु फिर तो जोड़ेगी। ओदे लहू दी सामर्थ नु मैं रिलीज करदा मेरे सारे टुटे रिश्तियां दे उत्ते मेरे टुटे परिवार दे उत्ते मेरे टुटे दिल दे उत्ते खुदावन तेरा लहू कवो कि परमेश्वर तेरा लहू मेरी एक एक चीज नु रिस्टोर करे परमेश्वर मेनू फिर तो खड़ा करे मेरे एक एक रिश्ते नु परमेश्वर फिर तो तेरा लहू जोड़े सामर्थी परमेश्वर। सो कहंदे हर बीमारी दा आत्मा जो मेरे कराने विच आ जो मेरी फैमिली विच आ मेरी बॉडी विच आ खुदावन हर एक को बीमारी दा आत्मा हर एक को रोग जो मेरे घर परिवार मेरी लाइफ विच काम करदा उस उत्ते पवित्र आत्मा दी अग गुत्रे 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 कहंदे हां कि परमेश्वर मैं तेरे कोड़े खान नाल चंगा हो चुक्या परमेश्वर मेरा कराना चंगा हो चुक्या परमेश्वर। सो कमांड करो कि परमेश्वर मैं तेरे जीवित नाम च यीशु राजा मैं कमांड करदा हर एक जादू टोना जो मेरे दादियां पड़दादे और माता पिता दे करान्या तो मैनू फॉलो करदा मेरे बच्चे नू फॉलो करना चाहुंदा या कर रहा पिता हर एक जादू टोने दे उत्ते किते कराए दे उत्ते पवित्र आत्मा तेरी अग गुत्रे 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 कहो कि मैं यकूब दे कराने चो और वचन दे विच लिखा यकूब दे कराने ते कोई जादू कोई टोना नहीं चलदा मेरे परमेश्वर ने आज मैनू छुड़ाया मैनू बचाया क्योंकि मैं यकूब दे कराने चो सारे जादू टोने मेरे करानिया चो मेरी मैरिड लाइफ चो मेरे बच्चा चो मेरे गर्व चो मेरे फाइनेंस चो मेरी हेल्थ चो मेरी बुद्धि चो मेरी मैरिड लाइफ चो मेरे नेचर चो मेरे परिवार दे नेचर चो टुट चुकिया क्योंकि मैं मसीह विच एक नवी सृष्टि आ पुरानियां गल्लां बीत गई और सब नवियां हो चुकियां मेरे नाल जुड़ी एक एक चीज ने आज मेरे परमेश्वर ने मेनू रिस्टोर किया मेनू नवा किया मेनू नरोया किया। सो कहो कि हे परमेश्वर मेरे सामर्थी परमेश्वर जिन्निया दुष्ट आत्मावां सपनों के विच आके मैनू तंग कर दिया पिता और वो बुरे सपने मेरी लाइफ के उत्ते जिन्ना शैतान मेरी लाइफ के उत्ते दिंदा और उन्होंने असर मेरी लाइफ च काम कर दिया जिन्नियां दुष्ट आत्मा मेरे नाल गलत संबंध बनाउंदियां परमेश्वर अज मैं तेरे जीवी तेरे पवित्र नाम विच खुदावन तेरी अग नूं मैं उन्होंने भेजदा राइट नाउ और खुदावन अज जो जल के नाश हो जाण तेरे जीवित नाम च होली गोस फायर 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 fire 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 in the name of Jesus Lord आज तेरे लोग सारे बुरे सपनिया तो मैं इन्हों आजाद कर दिया परमेश्वर जिन्हियां दुष्ट आत्मावां इन्हों तंग कर दिया परमेश्वर इन्हों दे परिवारां नू इन्हों दे करां नू डिस्ट्रॉय कीता परमेश्वर उन्होंने देते होली गोस्ट दी फायर उतरे फायर उतरे फायर उतरे फायर उतरे फायर उतरे प्रभु यीशु मसीह दे नाम दे हर एक फेलियर दा आत्मा हर एक परमेश्वर डीआई दी आत्मा जो इन्हों दे करां परिवारां च इन्हों दीआं जिंदगीआं च काम कर रही है उन्होंने देते होली गोस्ट दी फायर उतरे फायर उतरे फायर उतरे फायर उतरे और पिता इन्हों दीआं कारोबार नू मैं ब्लेस घोषित कर दी हाँ परमेश्वर इन्हों दे डॉक्यूमेंट्स इन्हों दीआं फाइल्स फेवर पाउण इन्हों दे पासपोर्ट्स इन्हों दीआं संजोर नूं परमेश्वर फेवर पाउण खुदावन यहोवा परमेश्वर वो दबिया फाइलां तेरी दया दे द्वारा उपर आन परमेश्वर इन्हों डॉक्यूमेंट्स के सारे रस्तियां नूं खोल दे पवित्र आत्मा सारे बंद दरवाजे तेरे जीवित तेरे पवित्र नाम दे विच खुल जाण खुदावन तेरी सामर्थ इन्हों नूं टच करे पिता तेरी दया एक एक जन दे उत्ते आवे परमेश्वर जिन्हें ये काम करन खुदावन तेरे जीवित नाम जो फलदार होण पिता फाइनैशली इन्हों नूं ब्लैस कर पिता ताकि तेरे कम्मां लई बोझ सकन तेरे राज्य नूं वधा सकन परमेश्वर और खुदावन तेरा स्वर्ग इन्हां दे उत्ते खुले सामर्थी परमेश्वर और मैं पिता तेरे लोकां नूं तेरे लहू च छिपाउनी आ खुदावन तेरा लहू जो हाबल दे लहू तो तंगलां नूं बोलदा तेरा लहू अज इन्हां दे लई बोले इन्हां दे सफर मुबारक कर पिता इन्हां दे हत्थां दे कम्मां ते बरकत दे परमेश्वर इन्हां नूं शॉकिंग टेस्टमनीस इन्हां दी लाइफ दा हिस्सा होण तेरे गवाहियां दे बादल अज तेरे लोकां नूं घेर लैण परमेश्वर हर बैड न्यूज़ नूं मैं कैंसल कर दिया हर एक्सीडेंटली स्पिरिट नूं मैं कैंसल कर दिया हर डेथ दी गंदी आत्मा नूं मैं दिया और पिता तेरे लहू ने इन्हां दे घरां ते इन्हां दे कारोबार ते इन्हां दे कम्मां वाली जगह ते इन्हां दे सारे सपना ते वाइकल्स इन्हां दे बच्चां दे इन्हां ने
ਹਸਬੈਂਡ ਇਹਨਾਂ ਦੀ ਵਾਈਫਸ ਤੇ ਪਰਮੇਸ਼ਰ ਮੈਂ ਤੇਰੇ ਲਹੂ ਨੇ ਇਹਨਾਂ ਦੇ ਪਰਿਵਾਰਾਂ ਤੇ ਤੇਰੇ ਲਹੂ ਦੀ ਸਾਮਰ ਤੂੰ ਮੇਰਾ ਰਿਲੀਜ਼ ਕਰਦੀ ਪਿਤਾ। ਔਰ ਖੁਦਾਵਨ ਅੱਜ ਦਾ ਦਿਨ ਇਹਨਾਂ ਦੀ ਲਾਈਫ ਦਾ ਬੈਸਟ ਡੇ ਹੋਵੇ ਪਰਮੇਸ਼ਰ। ਇਹ ਸੁਪਰ ਡੁਪਰ ਬਲੈਸਡ ਹੋਣ ਪਿਤਾ, ਇਹ ਵੱਡੀਆਂ ਵੱਡੀਆਂ ਗਵਾਈਆਂ ਨਾਲ ਵਾਪਸ ਆਉਣ ਪਿਤਾ। ਇਹਨਾਂ ਦੀਆਂ ਹਰ ਡਿਜ਼ਾਇਰ ਤੇਰੇ ਜੀਵਿਤ ਨਾਮ ਵਿੱਚ ਖੁਦਾਵਨ ਪੂਰੀਆਂ ਹੋਣ ਪਰਮੇਸ਼ਰ। ਇਹਨਾਂ ਨੂੰ ਮੈਂ ਬਲੈਸ ਘੋਸ਼ਿਤ ਕਰਦੀ ਹਾਂ ਤੇਰੇ ਹੱਥਾਂ 'ਚ ਦਿੰਦੀ ਪਿਤਾ। ਔਰ ਖੁਦਾਵਨ ਤੇਰੀ ਦਇਆ ਇਹਨਾਂ ਨੂੰ ਕੇਰੀ ਰੱਖੇ ਪਰਮੇਸ਼ਰ, ਤੇਰਾ ਲਹੂ ਇਹਨਾਂ ਨੂੰ ਸੰਭਾਲੇ। ਔਰ ਖੁਦਾਵਨ ਤੇਰਾ ਧੰਨਵਾਦ ਕਰਦੇ ਸਭ ਜਨ ਤਾਰੀਫ ਕਰਦੇ ਹਾਂ ਜੀਵਿਤ ਪਰਮੇਸ਼ਰ ਦੀ ਜੀਵਿਤ ਪ੍ਰੈਜੈਂਸ ਦੇ ਲਈ। ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਪ੍ਰਭੂ ਯਿਸੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਵਿੱਚ ਸਭ ਬੋਲੋ ਆਮੀਨ, ਆਮੀਨ।